ਇੰਡੀਆ ਸਟਾਪ ਨੋਚ ਰੈਪਰ ਐਂਡ ਕੰਪੋਜ਼ਰ ਬਾਦਸ਼ਾਹ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ। ਵੈਲ ਜੀ, ਉਹਨਾਂ ਦੀ ਖੁਸ਼ੀ ਦਾ ਕਾਰਨ ਹੈ ਉਹਨਾਂ ਦੇ ਸੁਪਰ ਹਿੱਟ ਗਾਣੇ ਬਜ਼ ਅਤੇ ਤਾਰੀਫਾਂ। ਪਹਿਲਾਂ ਤਾਂ ਬਾਦਸ਼ਾਹ ਅਤੇ ਆਸਥਾ ਗੇਲ ਦੇ ਸੁਪਰ ਹਿੱਟ ਗਾਣੇ ਬਜ਼ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਹੀ ਬਜ਼ ਕ੍ਰੀਏਟ ਕੀਤੀ। ਉਸ ਤੋਂ ਬਾਅਦ ਅਪਕਮਿੰਗ ਬਾਲੀਵੁੱਡ ਫਿਲਮ ਵੀਰੇ ਦੀ ਵੈਡਿੰਗ ਦੇ ਗਾਣੇ ਤਾਰੀਫਾਂ ਨੇ ਵੀ ਬਹੁਤ ਹੀ ਤਾਰੀਫਾਂ ਵੀ ਖੱਟੀਆਂ ਅਤੇ ਇਸ ਗਾਣੇ ਦੇ ਹੁਣ ਤੱਕ 20+ ਮਿਲੀਅਨ ਵਿਊਜ਼ ਹੋ ਚੁੱਕੇ ਨੇ, ਜਿਸ ਦੇ ਕਾਰਨ ਇਹ ਚਾਰਟਸ ਦੇ ਵਿੱਚ 3rd ਪੋਜੀਸ਼ਨ 'ਤੇ ਚੱਲ ਰਿਹਾ ਹੈ। ਵੈਲ, ਅੱਜ ਤੁਹਾਨੂੰ ਅਸੀਂ ਬਾਦਸ਼ਾਹ ਦੇ ਇਸ ਗਾਣੇ ਦੇ 2 ਅਨਨੋਨ ਫੈਕਟ ਦੱਸਣ ਜਾ ਰਹੇ ਹਾਂ। ਵੈਲ ਜੀ, ਇਸ ਗਾਣੇ ਦਾ ਪਹਿਲਾ ਅਨਨੋਨ ਫੈਕਟ ਇਹ ਹੈ ਕਿ ਇਹ ਗਾਣਾ ਜ਼ਮੀਨ 'ਤੇ ਨਹੀਂ ਬਲਕਿ ਆਸਮਾਨ ਦੇ ਵਿੱਚ ਕੰਪੋਜ਼ ਕੀਤਾ ਗਿਆ ਹੈ। ਹੈਰਾਨ ਨਾ ਹੋ, ਐਕਚੁਅਲੀ ਇਸ ਗਾਣੇ ਦੇ ਕੰਪੋਜ਼ਰ ਦਾ ਕਹਿਣਾ ਹੈ ਕਿ ਉਹ ਮੁੰਬਈ ਤੋਂ ਦਿੱਲੀ ਟਰੈਵਲ ਕਰ ਰਹੇ ਸੀ ਜਦੋਂ ਉਹਨਾਂ ਨੇ ਇਸ ਗਾਣੇ ਨੂੰ ਕੰਪੋਜ਼ ਕੀਤਾ। ਐਂਡ ਦ ਸੈਕਿੰਡ ਅਨਨੋਨ ਫੈਕਟ ਇਜ਼ ਕਿ ਇਸ ਗਾਣੇ ਨੂੰ ਲਿਖਿਆ ਹੈ ਰੂਪਨ ਪਾਵਾ ਨੇ ਅਤੇ ਉਹਨਾਂ ਦੀ ਫਸਟ ਲੈਂਗੁਏਜ ਪੰਜਾਬੀ ਨਹੀਂ ਹੈ, ਜਿਸ ਦੇ ਕਾਰਨ ਪੰਜਾਬੀ ਬੋਏ ਬਾਦਸ਼ਾਹ ਨੇ ਕਿਹਾ ਕਿ ਇਹ ਗਾਣਾ ਤਾਂ ਸੈਂਸ ਬਣਾ ਹੀ ਰਿਹਾ ਹੈ ਪਰ ਇਸ ਗਾਣੇ ਨੂੰ ਠੀਕ ਢੰਗ ਨਾਲ ਲਿਖਿਆ ਨਹੀਂ ਗਿਆ। ਫਿਰ ਕੀ ਸੀ, ਬਾਦਸ਼ਾਹ ਨੇ ਲਿਰਿਸਿਸ ਦੇ ਨਾਲ ਬੈਠ ਕੇ ਇਸ ਗਾਣੇ ਨੂੰ ਰੀਰਾਈਟ ਕੀਤਾ ਅਤੇ ਵਿਦਇਨ 30 ਮਿੰਟਸ ਇਸ ਗਾਣੇ ਨੂੰ ਰਿਕਾਰਡ ਵੀ ਕਰ ਦਿੱਤਾ। ਸੋ ਫਰੈਂਡਸ, ਇਹੋ ਜਿਹੀਆਂ ਹੋਰ ਐਂਟਰਟੇਨਿੰਗ ਐਂਡ ਸਰਪ੍ਰਾਈਜ਼ਿੰਗ ਐਂਡ ਅਨਨੋਨ ਫੈਕਟਸ ਨਾਲ ਭਰਪੂਰ ਨਿਊਜ਼ ਵੇਖਣ ਲਈ ਸਾਡੇ ਗਬਰੂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।